प्यारे बच्चों स्टूडेंट्स ਲਈ ਲੈ ਕੇ ਆ ਚੁੱਕੇ ਹਾਂ 8ਵੀਂ ਜਮਾਤ ਦਾ ਇਹ ਆਪਣਾ ਪੇਪਰ ਤਾਂ ਜੋ ਕਿ ਤੁਹਾਡਾ ਅੱਜ ਹੋਣ ਜਾ ਰਹੇ ਹੈ ਵਿਸ਼ਾ ਪੰਜਾਬੀ ਦਾ ਦੁਪਹਿਰ ਵਿੱਚ ਸਭ ਤੋਂ ਵੱਲ ਤਾਂ ਤੁਸੀਂ ਸਭ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਕਿਉਂਕਿ ਅਸੀਂ ਬਹੁਤ ਹੀ ਕਰੀਬ ਹਾਂ 40k ਦੇ ਸਭ ਤੋਂ ਵੱਲ ਤਾਂ ਆਪਾਂ 40k ਦੇ ਉੱਤੇ ਚੱਲਦੇ ਫਿਰ ਆਪਾਂ ਹੌਲੀ-ਹੌਲੀ 50k 100k ਵਾਲ ਵੀ ਬੋਦਾਂਗੇ ਤਾਂ ਸਭ ਤੋਂ ਵੱਲ ਤਾਂ ਪਿਆਰੇ ਬੱਚੇ ਇਹ ਗੱਲ ਤਾਂ ਮਸਟ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰਨਾ ਹੈ 2 ਮਿੰਟ ਹਾਂਜੀ ਤਾਂ ਦੇਖੋ ਹੁਣ ਇਹ ਆਪਾਂ ਪੇਪਰ ਤੇ ਲੈ ਕੇ ਆ ਚੁੱਕੇ ਹਾਂ ਬਟ ਇਸ ਦੇ ਨਾਲ ਹੀ ਸਾਡੇ ਟੈਲੀਗ੍ਰam ਗਰੁੱਪ ਵੀ ਉਸ ਤੋਂ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਉਸ ਦੇ ਉੱਤੇ ਤੁਹਾਨੂੰ ਸਭ ਨੂੰ ਲੇਟੈਸਟ ਅਪਡੇਟਸ ਮਿਲਦੇ ਰਹਿੰਦੇ ਹਨ ਸਾਡੇ ਤੋਂ ਰਿਲੇਟਿਡ ਵੀਡੀਓਜ਼ ਭੇਜਦੇ ਰਹਿੰਦਾ ਮੈਂ ਸਭ ਤੋਂ ਪਹਿਲਾਂ ਆ ਦੇ ਨਾਲ ਹੀ ਤੁਸੀਂ ਸਾਡੀ ਮੈਂਬਰਸ਼ਿਪ ਵੀ ਖਰੀਦ ਸਕਦੇ ਹੋ ਜੋ ਕਿ ਸਿਰਫ ਸਿਰਫ 59 ਰੁਪਏ ਦੀ ਹੈ ਤਾਂ ਚਲੋ ਪਿਆਰੇ ਬੱਚਾ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਇਹ ਵੀਡੀਓ ਹੁਣ ਸਭ ਤੋਂ ਪਹਿਲਾਂ ਝੀਲ ਦਾ ਪਾਣੀ ਸਾਫ਼ ਸੀ ਬੱਚੇ ਦੇ ਮੂੰਹ ਵਿੱਚ ਪਾਣੀ ਪੈ ਰਿਹਾ ਸੀ ਬਚਾ ਲਈ ਆਹ ਸਾਰਾ ਕੁਝ ਹੈ ਜੋ ਇਸ ਪੈਰੇ ਨੂੰ ਪੜ੍ਹ ਲੇ ਪੈਰੇ ਵਿੱਚ ਸਾਰੇ ਚਲੋ ਬੱਚੇ ਦੇ ਮੂੰਹ ਵਿੱਚ ਪਾਣੀ ਪੈ ਗਿਆ ਹੋਵੇਗਾ ਇਹ ਕਿਉਂ ਪੈ ਗਿਆ ਹੋਵੇਗਾ ਤਾਂ ਕੀ ਆਵੇਗਾ ਕਿਉਂਕਿ ਸੈਕਿੰਡ ਬੱਚੇ ਨੂੰ ਤਰਾਕੀ ਨਾ ਹੋਣ ਕਾਰਨ ਇਹ ਆਵੇਗਾ ਤੁਹਾਡਾ ਉੱਤਰ ਸੈਕਿੰਡ ਪੈਰ ਬੱਚੇਓ ਪੈਰੇ ਅਨੁਸਾਰ ਡੁੱਬਦੇ ਹੋਏ ਬੱਚੇ ਨੂੰ ਬਚਾਉਣ ਦਾ ਚੰਗਾ ਤਰੀਕਾ ਹੋ ਸਕਦਾ ਸੀ ਤੇ ਇਸ ਉੱਤਰ ਹੈ ਡੁੱਬਦੇ ਨੂੰ ਤੱਕ ਉਛਾਲ ਕੇ ਕਿਨਾਰੇ ਕੋਲ ਲੈ ਆਉਣਾ ਬੱਚਾ ਬੇਹੋਸ਼ ਕਿ ਹੋ ਚੁੱਕਿਆ ਸੀ ਤਾਂ ਕੀ ਉੱਤਰ ਆਵੇਗਾ ਬੱਚਾ ਬੇਹੋਸ਼ ਇਸ ਲਈ ਹੋ ਗਿਆ ਸੀ ਕਿਉਂਕਿ ਉਸ ਦੇ ਪੇਟ ਵਿੱਚ ਪਾਣੀ ਭਰ ਗਿਆ ਸੀ ਬੱਚੇ ਦੇ ਵਾਸਨ ਕੇ ਬਾਕੀ ਲੋਕ ਕਿਉਂ ਖੁਸ਼ ਹੋ ਗਏ ਸੀ ਕਿਉਂਕਿ ਬੱਚੇ ਦੀ ਜਾਨ ਬਚ ਚੋ ਕਿ ਸੀ ਤਾਂ ਦੇਖੋ ਪੈਰੇ ਅਨੁਸਾਰ ਘੜੇ ਨੂੰ ਕਿਸ ਕਾਰਜ ਲਈ ਰੱਖਿਆ ਗਿਆ ਸੀ ਵੈਸੇ ਤਾਂ ਦੇਖੋ ਇਹਦੇ ਦੋ ਅਪਸ਼ਰਾ ਲੱਗਦੀਆਂ ਨੇ ਵੈਸੇ ਪਰ ਜੋ ਆਨਸਰ ਆਵੇਗਾ ਉਹ ਸਜਾਵਟ ਕਿਉਂਕਿ ਰੱਖਿਆ ਗਿਆ ਸੀ ਬੈਲਾ ਰੱਖਿਆ ਗਿਆ ਸੀ ਸਜਾਵਟ ਦੇ ਤੌਰ ਦੇ ਉਤੇ ਇਹ ਗੈਸਟ੍ਰੋਨਮ ਵਾਲੋ ਦੂਜਾ ਹੋਰ ਇਸ ਤੋਂ ਵੀ ਪੈਰੇ ਵਿੱਚ ਵੀਡੀਓ ਪਾਸ ਕਰਕੇ ਪੜ੍ਹ ਲਿਓ ਤੁਸੀਂ 50% ਦੇਖੋ ਪਿਆਰ ਬੱਚੇ ਪੂਰੇ ਦੇ ਪੂਰੇ 50% ਚਾਂਸਸ ਨੇ ਕਿ ਅੱਜ ਤੁਹਾਨੂੰ ਇਹ ਸੇਮ ਪੇਪਰ ਆ ਜਾਵੇ ਚਲੋ ਸਦਿਆ ਪੁਰਾਣਾ ਛੇਂਚਰਾਹਾਂ ਦੀ ਕਿਸ ਪੱਦਰ ਪੱਦਰ ਦਾ ਮੇਲਾ ਹੈ ਤੇ ਆਪਾਂ ਜਾਸਤਾ ਹੈ ਤਾਂ ਪੰਜਾਬ ਦੇ ਵੱਡੇ ਮੇਲੇ ਦੇ ਪੱਦਰ ਦਾ ਹੀਰੀ ਫਸਟ ਸਦਿਆ ਪੁਰਾਣਾ ਇਹ ਤਾਂ ਹੋਈ ਚੁੱਕੀ ਆਪਡੇ ਅੱਗੇ ਮੇਲਾ ਛੇਂਚਰਾਹਾਂ ਦੀ ਕਿਸ ਜ਼ਿਲ੍ਹੇ ਨਾਲ ਸੰਬੰਧਿਤ ਹੈ ਤੇ ਇਹ ਵਿੱਚ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਜ਼ਿਲ੍ਹਾ ਗਾੜਸ਼ੰਕਰ ਜਾਂ ਦੂਜਾ ਚਿੰਚਰਾਣੀ ਮੇਲੇ ਦਾ ਕੀ ਮਹੱਤਵ ਹੈ ਮਹੱਤਵ ਕੀ ਹੈ ਆਪਣੀ ਦੱਸਣਾ ਹੈ ਤਾਂ 8ਵੇਂ ਦਾ ਜੋ ਉੱਤਰ ਹੋਏ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ ਯਾਨੀ ਤੀਜਾ ਇਹ ਮੇਲਾ ਕਿਸ ਸਥਾਨ ਤੇ ਲੱਗਦਾ ਹੈ ਤਗੜ ਸ਼ੰਕਰ ਤੋਂ ਚਰਦੇ ਪਾਸੇ ਪਿੰਡ ਚਲਪੁਰ ਯਾਨੀ ਤੀਜਾ 1 ਕਦੇ ਊੜਾ 2 ਮਈ ਯਾਨੀ ਦੋਨੋਂ ਹੀ ਆ ਜਾਣਗੇ ਅੱਗੇ ਇਸ ਵੇਲੇ ਦਾ ਉਹਨਾਂ ਪ੍ਰਕਾਰ ਅਤੇ ਉਹਨਾਂ ਪ੍ਰਚਾਰ ਅਤੇ ਪ੍ਰਸਾਰ ਕਿਉਂ ਨਹੀਂ ਹੋਇਆ ਤਾਂ ਇਸ ਦਾ ਉੱਤਰ ਕੀ ਆ ਜਾਵੇਗਾ ਪਛੜੇ ਇਲਾਕੇ ਕਾਰਨ ਇਹ ਆ ਜਾਵੇਗਾ ਤੁਹਾਡੇ ਪਿਆਰ ਵਿੱਚ ਅਗੇ ਚਲਦੇ ਹਾਂ ਹੈਡ ਲਿਖੇ ਬਹੁ ਵਿਲਪੀ ਪ੍ਰਸਤਾ ਦੇ ਉੱਤਰ ਦਿਓ ਹੈਡ ਲਿਖੇ ਵਿੱਚ ਪੰਡਾਵ ਸ਼ਬਦ ਕਿਹੜਾ ਹੈ ਉਸਾ ਜਾਵੇਗਾ ਸਿੱਧਾ ਸਿੱਧਾ ਦਿਖ ਰਿਹਾ ਨਾਮ ਦੀ ਕਿਸਮ ਕਿਹੜੀ ਹੁੰਦੀ ਹੈ ਇਹਦਾ ਜਾਵੇਗਾ ਪੰਜ ਉਦਮੀ ਦਾ ਸਹੀ ਵਿਰੋਧੀ ਸ਼ਬਦ ਹੈ ਹਾਲਸੀ ਖੁਸ਼ੀ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਤਾਂ ਖੁਸ਼ੀ ਦੇਖੋ ਹੁਣ ਖੁਸ਼ੀ ਆਮ ਨਾਮ ਵੀ ਹੋ ਜਾਂਦਾ ਹੈ ਖੁਸ਼ੀ ਕਿਸ ਤਰ੍ਹਾਂ ਨਾਮ ਵੀ ਖੁਸ਼ੀ ਕਿਸ ਤਰ੍ਹਾਂ ਖਾਸ ਨਾਮ ਵੀ ਹੋ ਸਕਦੀ ਹੈ ਤੇ ਇਹਨਾਂ ਦੋਵਾਂ ਵਿੱਚ ਥੋੜੀ ਜਿਹੀ ਕਨਫਿਊਜ਼ਨ ਜ਼ਰੂਰ ਹੋ ਸਕਦੀ ਸੋ ਸੁਣੋ ਬੜਪਾ ਵਾਚਕ ਨਾਮ ਵਿੱਚ ਹੈ ਸਾਫ ਤਿੰਨ ਤਰੀਕੇ ਨਾਲ ਸਕਦੇ ਤਪਾਅ ਬਚੇਗਾ ਦਾ ਵੇਗਾ ਤੁਹਾਡਾ ਅੱਗੇ ਚੱਲਦੇ ਹਾਂ ਨੱਕ ਰੱਖਣਾ ਮੁਹਾਵਰੇ ਦਾ ਕੀ ਅਰਥ ਹੈ ਤੇ ਇਸ ਤਰ੍ਹਾਂ ਇੱਜ਼ਤ ਰੱਖਣਾ ਤੇ ਇਹ ਤਾਂ ਇਹ ਨੱਕ ਦਾ ਤੁਹਾਡਾ ਹੋਈ ਜਾਵੇਗਾ ਪੈਰ ਵਿੱਚ ਦੂਜਾ ਪ੍ਰਸ਼ਨ ਹੇਠ ਲਿਖੇ ਵਸਤੂ ਨੇ ਇਸ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਤੈਨਾਂ ਵਿੱਚ ਸਹੀ ਉੱਤਰ ਆਪਾਂ ਲਿਖਣੇ ਨੇ ਪੰਜਾਬੀ ਵਰਣਮਾਲਾ ਵਿੱਚ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਤਾਂ ਇਹ ਆਪਾਂ ਨੇ ਸਭ ਤੋਂ ਪਹਿਲਾਂ ਦੱਸਣਾ ਹੈ ਵਿਅੰਜਨਾਂ ਦੀ ਗਿਣਤੀ ਜੋ ਪੰਜਾਬੀ ਭਾਸ਼ਾ ਦੇ ਵਿੱਚ ਹੈ ਉਹ ਹੈ 38 ਦੂਜਾ ਹੈ ਬੋਲੀ ਕਿੰਨੇ ਪ੍ਰਕਾਰ ਦੇ ਨੇ ਸੂਤਰ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਲਿਖਤੀ ਅਤੇ ਮੌਖਿਕ ਅੱਗੇ ਪੋਠੋਹਾਰੀ ਦਾ ਇਸਤਰੀ ਲਿੰਗੀ ਹੈ ਪੋਠੋਹਾਰਣ ਅੱਧਕ ਬਿੰਦੀ ਦੇ ਟਿੱਪੀ ਨੂੰ ਕੀ ਕਹਿੰਦੇ ਹਨ ਤਾਂ ਇਸ ਸੂਤਰ ਕਿਹਾ ਜਾਵੇਗਾ ਤੁਹਾਡਾ ਲਗਾਖਰ ਅੱਗੇ ਵਿਆਕਰਨ ਦੇ ਕਿੰਨੇ ਪਾਗ ਹਨ ਵਿਆਕਰਨ ਦੇ ਕਿੰਨੇ ਪਾਗ ਹੁੰਦੇ ਹਨ ਤਿੰਨ ਪਾਗ ਹੁੰਦੇ ਹਨ ਖਾਲੀ ਥਾਂਵਾਂ ਪਰ ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਡੈਸ਼ ਹੈ ਤਾਂ ਪੰਜਾਬੀ ਬੋਲੀ ਦੀ ਲਿਪੀ ਦਾ ਪਰਿਨਾਮ ਦੱਸੋ ਗੁਰਮੁਖੀ ਲਿਪੀ ਅੱਗੇ ਚੱਲਦੇ ਹਾਂ ਹੁਣ ਆਪਾਂ ਵੇਟ ਦੋ ਮਿੰਟ ਹਾਂਜੀ ਗੁਰਮੁਖੀ ਮੁੱਖੀ ਲਿਪੀ ਵਿੱਚ ਕਿੰਨੀਆਂ ਲਗਾ ਹੁੰਦੀਆਂ ਹਨ 10 ਲਗਾ ਹੁੰਦੀਆਂ ਹਨ ਸੈਨਾ ਸ਼੍ਰੇਣੀ ਇੱਜ਼ਤ ਡੈਸ਼ ਨਾਮਕ ਹੁੰਦੇ ਹਨ ਤੇ ਆਪਾਂ ਨੂੰ ਦੱਸਣਾ ਹੈ ਸੈਨਾ ਸ਼੍ਰੇਣੀ ਅਤੇ ਇੱਜ਼ਤ ਇਹਨਾਂ ਨੂੰ ਕਿਹੜਾ ਨਾਮ ਕਿਹਾ ਜਾਂਦਾ ਹੈ ਤਾਂ ਦੇਖੋ ਇਸ ਦਾ ਉੱਤਰ ਆਵੇਗਾ ਇਕੱਠ ਵਾਚਕ ਨਾਮ ਇੱਜੜ ਹੈ ਇੱਜ਼ਤ ਨਹੀਂ ਹੈ ਇੱਜੜ ਅੱਗੇ ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ਡੈਸ਼ ਪੁਰਖ ਹੁੰਦਾ ਹੈ ਤੇ ਕੀ ਆ ਰਵੇਗਾ ਇਸ ਦਾ ਤੁਹਾਡਾ ਮਦਮ ਪੁਰਖ ਅੱਗੇ ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੋਵੇ ਨੂੰ ਡੈਸ਼ ਕਹਿੰਦੇ ਹਨ ਤਾਂ ਇਸ ਉੱਤਰ ਕਿਹਾ ਜਾਵੇਗਾ ਤੁਹਾਡਾ ਰੇਗਿਸਤਾਨ ਇਹ ਹੋ ਜਾਵੇਗਾ ਤੁਹਾਡਾ ਆਪਣਾ ਉਹ ਦੇਖੋ ਸਹੀ ਬਲੈਂਡ ਕਰ ਰਹੇ ਆ ਆਪਣਾ ਤਾਂ ਕੀ ਹੋ ਜਾਵੇਗਾ ਤੁਹਾਡਾ ਇੱਥੇ ਆਪ ਕਰਦੇ ਹਿੱਸਾ ਆਪਣਾ ਤਾਂ ਹੋ ਜਾਵੇਗਾ ਪ੍ਰਾਇਆ ਕੁੜਤੜ ਮਿਠਾਸ ਅਸਲੀ ਨਕਲੀ ਖਰਾ ਖੋਟਾ ਆਲੇ ਸੱਜਰਾ ਬੇਹਾ ਇਹ ਹੋ ਜਾਣਗੇ ਪੈਰ ਵਿੱਚ ਮੈਚ ਅੱਗੇ ਇਸ 17 ਵਿੱਚੋਂ ਕਿਸੇ ਇੱਕ ਦੇ ਭਾਵ ਅਰਥ ਲਿਖੋ ਤਾਂ ਸਿੱਧਕ ਲੱਗਨ ਦੇ ਤਕੜੇ ਖੰਭੀ ਹੈ ਸਾਰਾ ਕੁਛ ਇਹ ਜੋ ਇਸ ਕਵੀ ਕਹਿੰਦਾ ਹੈ ਕਿ हे ਪਿਆਰੇ ਤੈਨੂੰ ਵਿਸ਼ਵਾਸ ਤੇ ਇਸ ਤੇ ਅਬ ਮਜਬੂਤ ਖੰਭਰ ਨਾਲ ਉੱਚੇ ਅਸਮਾਨਾਂ ਵਿੱਚ ਉਡਾਰੀ ਮਾਰਨੀ ਚਾਹੀਦੀ ਹੈ ਤੇਰੀ ਚਾਲ ਨਿਰੰਤਰ ਹੋਣੀ ਚਾਹੀਦੀ ਹੈ ਤੇ ਕੋਈ ਤੈਨੂੰ ਰੋਕ ਨਾ ਸਕੇ ਐਡਾ ਹੈ ਕਿਸੇ ਇੱਕ ਲਈ ਕਰਨਾ ਪੜੇ ਐਡਾ ਹੈ ਅਰਸ਼ੀ ਬਰਕਤ ਵਾਲਾ ਤਾਂ ਇਸਦਾ ਹੋਵੇਗਾ हे ਪੰਜਾਬ ਤੂੰ ਤਾਂ ਇੱਕ ਪੂਰੇ ਹਥਿਆਰ ਬੰਦ ਯੋਧੇ ਦੇ ਸਮਾਨ ਹੈ ਤੇਰੇ ਸੱਜੇ ਹੱਥ ਵਿੱਚ ਜਮਨਾ ਰੂਪੀ ਬਰਛੀ ਹੈ ਤੇਰੇ ਬਰਦ ਤੇਰੇ ਪਹਾੜ ਤੇ ਤੇਰੀ ਬਰਫ਼ ਤੇਰੀ ਪਹਾੜ ਉੱਪਰ ਡਿੱਗਦੀ ਹੈ ਮੈਦਾਨੀ ਇਲਾਕੇ ਨੂੰ ਪਾਣੀ ਦੀ ਸਿੰਚਾਈ ਹੋਣ ਕਰਕੇ ਇੱਥੇ ਸੋਨੇ ਵਰਗੀਆਂ ਫਸਲਾਂ ਉੱਗਦੀਆਂ ਹਨ ਤੇ ਪਿਆਰੇ ਬੱਚੇ ਇਹ ਤੁਹਾਡਾ ਹੋ ਜਾਵੇਗਾ ਅੱਗੇ ਚੱਲਦੇ ਹਾਂ ਅੱਗੇ ਪਿਆਰੇ ਬੱਚਿਓ 8ਵਾਂ ਪ੍ਰਸ਼ਨ ਹੈ ਲਿਖਿਆ ਵਿੱਚੋਂ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੇ ਉੱਤਰ ਲਿਖੋ ਤਾਂ ਕਿਸੇ ਵੀ ਪੰਜ ਦੇ ਉੱਤਰ ਲਿਖ ਦੇਣੇ ਹਨ ਪਹਿਲਾ ਪ੍ਰਸ਼ਨ ਹੈ ਭੈਣ ਭਰਾ ਸੜਕ ਪਾਰ ਕਰਨ ਲਈ ਕਿਵੇਂ ਸਫਲ ਹੋਏ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ ਧਿਆਨ ਨਾਲ ਸੁਣੋ ਭੈਣ ਭਰਾ ਸੜਕ ਪਾਰ ਕਰਨ ਵਿੱਚ ਜਦੋਂ ਭੈਣ ਭਰਾ ਨੂੰ ਕੋਈ ਸੜਕ ਪਾਰ ਕਰਵਾਉਣ ਵਾਲਾ ਮਿਲਦਾ ਤਾਂ ਉਹ ਉਸ ਦੀ ਭੈਣ ਉਹਨਾਂ ਨੂੰ ਕਹਿੰਦੀ ਕਿ ਉਹ ਉਹਨਾਂ ਨੂੰ ਕਹਿਣਗੇ ਕਿ ਇਹ ਪੇਮੀ ਦੇ ਨਿਆਣੇ ਹਨ ਤਾਂ ਉਹ ਉਹਨਾਂ ਨੂੰ ਨਾਲ ਲੈ ਕੇ ਚਲੇ ਜਾਣਗੇ ਇਹ ਸੁਣ ਕੇ ਉਹਨਾਂ ਦਾ ਹੌਸਲਾ ਜੋ ਹੁੰਦਾ ਸੀ ਉਹ ਵਜ ਜਾਂਦਾ ਅਤੇ ਉਹਨਾਂ ਨੂੰ ਸੜਕ ਪਰ ਹੋ ਜਾਂਦੀ ਅੱਗੇ ਚੱਲਦੇ ਹਾਂ ਆਪਾਂ ਛਿੰਝ ਚਰਾਹਾਂ ਦੀ ਦਾ ਮੇਲਾ ਕਿੱਥੇ ਅਤੇ ਕਦੋਂ ਲੱਗਦਾ ਹੈ ਇਸ ਮੇਲੇ ਦਾ ਇਹ ਨਾ ਕਿਵੇਂ ਪਿਆ ਤੇ ਇਸ ਤੋਂ ਛਿੰਝ ਚਰਾਹਾਂ ਦੀ ਮੇਲਾ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ ਸ਼ੰਕਰ ਦੇ ਚੜਦੇ ਪਾਸੇ ਸ਼ਿਵਾਲਿਕ ਦੀ ਪਹਾੜੀਆਂ ਦੇ ਪਿੰਡ ਅਜਲਪੁਰ ਵਿਖੇ ਲੱਗਦਾ ਹੈ ਤੇ ਪਿਆਰੇ ਬੱਚਿਓ ਅੱਗੇ ਚੱਲਦੇ ਹਾਂ ਤੀਜਾ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਦੋਂ ਤੇ ਕਿਸ ਦੇ ਰੱਖੀ ਤੇ ਇਸ ਉੱਤਰ ਹੈ ਇਸ ਦਾ ਉੱਤਰ ਕੀ ਆਵੇਗਾ ਸ੍ਰੀ ਹਰਮੰਦਰ ਸਾਹਿਬ ਦੀ ਨੀ 1588 ਈਸਵੀ ਵਿੱਚ ਸਾਈ ਮੀਆਂ ਮੀਰ ਤੋਂ ਰਖਵਾਈ ਗਈ ਤੇ ਪਿਆਰੇ ਬੱਚੇ ਇਹ ਤੁਹਾਡੇ ਪਰਚਰੋਂਗੇ ਅੱਗੇ ਪਿਆਰੇ ਬੱਚੇ ਕਵੀ ਪੰਜਾਬ ਦੀਆਂ ਮੋਤੀਆਰਾ ਦੀ ਸਿਫਤ ਕਿਵੇਂ ਕਰਦਾ ਹੈ ਇਹ ਆਪਾਂ ਦੱਸਣਾ ਹੈ ਤਾਂ ਇਸ ਉੱਤਰ ਦਾ ਕਵੀ ਪੰਜਾਬ ਦੀਆਂ ਮੋਤੀਆਰਾ ਦੀ ਸਿਫਤ ਗੁਲਾਬ ਦੇ ਫੁੱਲ ਨਾਲ ਕਰਦਾ ਹੈ ਤਾਂ ਇਹ ਹੋ ਜਾਵੇਗਾ ਅੱਗੇ ਹੈ ਪਿਆਰੇ ਬੱਚੇ ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਦੇ ਹੀ ਦਾ ਵਰਨਣ ਕਰੋ ਖੁਦਕਾਰਲੇ ਪੈਰ ਬੱਚੇ ਇਹ ਜੋ ਪ੍ਰਸ਼ਨ ਨੇ ਬcze ਹੋਏ ਪੈਣਪਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ ਅੱਜ ਦੇ ਪੰਜਾਬ ਦੇ ਲੋਕ ਰਾਜ ਕਿਹੜੇ ਕਿੜੇ ਹਨ ਗਿੱਧਾ ਅੱਗੇ ਇਹ ਜ਼ਰੂਰ ਕੋ ਚ ਤੁਸੀਂ ਲਿਖ ਦੇਣਾ ਹੈ ਗਿੱਧਾ ਪੰਗੜਾ ਅੱਗੇ ਹੇਲਟ ਦੇ ਮੁਹਾਵਰੇ ਆ ਸ਼ਬਦਾ ਵਿੱਚੋਂ ਕਿਸੇ 5 ਨੂੰ ਵਾਕਾ ਵਿੱਚ ਵਰਤੋ ਤਾਂ ਕਿਸੇ 5 ਨੂੰ ਵਾਕਾ ਵਿੱਚ ਆਪਾਂ ਨੇ ਵਰਤਣਾ ਹੈ ਇਹਨਾਂ ਵਿੱਚੋਂ ਤਾਂ ਬਾਪ ਭੱਜਣੀ ਕੀ ਆ ਰਵੇਗਾ ਤੁਹਾਡਾ ਬਾਵਾ ਜਣੀ ਦਾ ਇਸ ਦਾ ਹੋਵੇਗਾ ਸਹਾਰਾ ਟੁੱਟਣਾ ਅੱਗੇ ਫਿੱਕੇ ਪੈਣਾ ਅਸਰ ਘਟ ਹੋ ਜਾਣਾ ਭੰਡੀ ਕਰਨੀ ਬੁਰਾਈ ਕਰਨੀ ਸੈਲਾਨੀ ਯਾਤਰੀ ਅੱਗੇ ਕੇਂਦਰ ਬਿੰਦੂ ਯਾਨੀ ਵਿਚਕਾਰਲਾ ਮੰਜ਼ਲ ਮੁਹਾਰਤ ਮੁਹਾਰਤ ਦਾ ਤੁਸੀਂ ਹਸਤੇ ਨਾ ਵਿਸ਼ੇਸ਼ ਬਣਨਾ ਅੱਗੇ ਸ਼ਰਨ ਆਸਰਾ ਇਹ ਸਾਰਾ ਕੁਝ ਆ ਜਾਵੇਗਾ ਚਲੋ 10ਵਾਂ ਕੌਣ-ਕੌਣ ਮੀਟਿੰਗ ਵਿੱਚ ਨਹੀਂ ਆਏ ਸਨ ਇਸ ਸਵਾਲ ਕੋਲ ਚ ਪੜਨਾਵ ਤਾਂ ਕੌਣ-ਕੌਣ ਆ ਦਵੇਗਾ 11ਵਾਂ ਹੈਲਡ ਕਿਹਾ ਵਿੱਚ ਕਿਸੇ ਇੱਕ ਵਿਸ਼ੇ ਉੱਤੇ ਲੇਖ ਲਿਖੋ ਤਾਂ ਅਖਬਾਰਾਂ ਦੇ ਲਾਭ-ਹਾਨੀਆਂ ਅਖੀਰ ਟਾ ਮੇਲਾ ਸ਼ਹੀਦ ਭਗਤ ਸਿੰਘ 15 ਅਗਸਤ ਦਾ ਸਾਰੇ ਵਿੱਚੋਂ ਕਿਸੇ ਵੀ ਤੁਸੀਂ ਇੱਕ ਦਾ ਯਾਦ ਕਰਕੇ ਚਲੇ ਜਾਓ ਪੜਿ ਇੱਕ ਵਾਰ ਸਾਰੇ ਦਾ ਜਾਓ ਕੋਈ ਵੀ ਆ ਸਕਦਾ ਹੈ ਫੀਸ ਮਾਫੀ ਲਈ ਸਕੂਲ ਮੁਖੀ ਨੂੰ ਬਿਦਾਵੱਤਰ ਲਿਖੋ ਬਹੁਤ ਇੰਪੋਰਟੈਂਟ ਪਿਆਰੇ ਬੱਚੇ ਜਾ ਇਸ ਜਗ੍ਹਾ ਤੋਂ ਕਰਸਲੇ ਸਕੂਲ ਛੱਡਦਾ ਸਰਟੀਫਿਕੇਟ ਲੈ ਲਈ ਸਕੂਲ ਮੁਖੀ ਨੂੰ ਬਿਦਾਵੱਤਰ ਲਿਖੋ ਤਹ ਜੋ ऐसे एप्लीकेशन ने है मेरे दूसरे चैनल ਦੇ ਉੱਤੇ ਅਪਲੋਡਡ ਨੇ ਅਬਾਊਟ ਸੈਕਸ਼ਨ ਜਾ ਕੇ ਤੁਸੀਂ ਹੈਲਪਿੰਗ ਸਿਸਟਰ ਚੈਨਲ ਦੇ ਉੱਤੇ ਦੇਖ ਸਕਦੇ ਹੋ ਇਹ ਹੈਲਪਿੰਗ ਸਿਸਟਰ ਨਾਮ ਦਾ ਚੈਨਲ ਹੈ ਉਸ ਦੇ ਉੱਤੇ ਇਹ ਪਾਈ ਹੋਈ ਹੈ ਤਾਂ ਚਲੋ 13ਵਾਂ ਸ਼ਬਦ ਬੋਧ ਵਿੱਚੋਂ ਕਿਸੇ ਦੋ ਵਿੱਚੋਂ ਇੱਕ ਦੀ ਪਰਿਭਾਸ਼ਾ ਲਿਖਣ ਦੇ ਲਈ ਕਿਹਾ ਜਾਵੇਗਾ ਤੇ ਇਹ ਲਿਖੜੀਏ ਪਿਆਰੇ ਬੱਚੇ ਤੁਸੀਂ ਸ਼ਬਦ ਬਹੁਤ ਧੋਨੀਆਂ ਲਗਾਤੇ ਲਗਾਕਰ ਤੇ ਬੇਲ ਤੋਂ ਵੜਦਾ ਮੁਝੇ ਵੇ ਕੱਕਾ ਲੱਲਾ ਆਦੇ ਮਮਾ ਅੱਗੇ ਪ੍ਰਨਾਵ ਦੀ ਪਰਿਭਾਸ਼ਾ ਲਿਖੋ ਜੋਸ਼ ਆਪ ਦੇ ਨਾਮ ਦੀ ਥਾਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਇਹ ਅਸੀਂ ਤੁਸੀਂ ਆਦੀ ਇਸ ਜਗ੍ਹਾ ਉੱਤੇ ਤੁਸੀਂ ਕਰ ਸਕਦੇ ਹੋ ਕਿਰਿਆ ਆਦੀ ਪਰਵਾਸ ਲਿਖੋ ਇਹਦੇ ਪ੍ਰਸ਼ਨਤਰੀ ਨਹੀਂ ਹੈ ਬਟ ਤੁਸੀਂ ਸਭ ਨੂੰ ਦੱਸ ਹੀ ਦਿੰਦੇ ਹੋ ਕਿਰਿਆ ਆਦੀ ਪਰਵਾਸ ਤੁਸੀਂ ਲਿਖ ਦੇਣੀ ਹੈ ਧੰਨਵਾਦ ਪੈਰ ਪਛਾਟ ਦੀ ਵੀਡੀਓ ਦੇਖਣ ਦੇ ਲਈ